ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇੰਡੀਜਸ ਇਨ ਆਸਟ੍ਰੇਲੀਆ ਵਿੱਚ ਤੁਹਾਡਾ ਸਵਾਗਤ ਹੈ। ਮੈਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਅਸੀਂ ਵੀ ਠੀਕ ਠਾਕ ਹਾਂ। ਅੱਜ ਮੈਂ ਬਣਾਉਣ ਲੱਗੀ ਹਾਂ ਮਿੱਠੇ ਗੁਲਗੁਲੇ, ਉਹ ਵੀ ਆਟੇ ਦੇ। ਅਤੇ ਇਹ ਬਰਸਾਤਾਂ ਦੇ ਵਿੱਚ ਸਾਉਣ ਦੇ ਮਹੀਨੇ ਸਾਡੇ ਬਣਾਉਂਦੇ ਹੁੰਦੇ ਸੀਗੇ, ਅਤੇ ਤੁਸੀਂ ਵੀ ਆਪਣੇ ਘਰਾਂ ਦੇ ਵਿੱਚ ਜ਼ਰੂਰ ਬਣਾ ਕੇ ਮੈਨੂੰ ਦੱਸਿਓ ਕਿੱਦਾਂ ਦੇ ਬਣੇ ਆ। ਅੱਜ ਮੈਂ ਤੁਹਾਨੂੰ ਗੁਲਗੁਲਿਆਂ ਦੀ ਰੈਸਪੀ ਦਊਂਗੀ, ਇਹ ਬਹੁਤ ਸਵਾਦ ਬਣਦੇ ਆ। ਜੇ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਜ਼ਰੂਰ ਕਰਿਓ। ਜੇ ਤੁਸੀਂ ਮੇਰੀ ਵੀਡੀਓ ਪਸੰਦ ਕਰਦੇ ਆ, ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ, ਆਪਣੇ ਫਰੈਂਡਾਂ ਦੇ ਵਿੱਚ ਸ਼ੇਅਰ ਕਰਿਆ ਕਰੋ ਤਾਂ ਕਿ ਉਹਨਾਂ ਨੂੰ ਵੀ ਮੇਰੀਆਂ ਰੈਸਪੀਆਂ ਦਾ ਪਤਾ ਲੱਗੇ। ਚਲੋ ਜੀ, ਆਓ ਜੀ, ਅੱਜ ਫਿਰ ਸਾਡੇ ਮੀਂਹ ਪੈਂਦਾ ਆ, ਆਪਾਂ ਅੱਜ ਬਣਾਉਣੇ ਆ ਗੁਲਗੁਲੇ। ਚਲੋ ਜੀ, ਆਓ ਮਿੱਠੇ ਗੁਲਗੁਲੇ ਬਣਾਈਏ। ਆਟੇ ਦੇ ਗੁਲਗੁਲੇ ਬਣਾਉਣ ਲਈ ਸਭ ਤੋਂ ਪਹਿਲਾਂ ਮੈਂ ਆਹ ਇੱਕ ਕੱਪ ਗੁੜ ਦਾ ਲੈ ਲਿਆ। ਗੁੜ ਨੂੰ ਚੰਗੀ ਤਰ੍ਹਾਂ ਮੈਂ ਭੰਨ ਲਿਆ ਸੀਗਾ, ਅਤੇ ਹੁਣ ਆਪਾਂ ਇਹਦੇ ਵਿੱਚ ਇੱਕ ਕੱਪ ਬੂਮ ਪਾਣੀ ਦਾ ਮੈਂ ਪਾ ਦਊਂਗੀ। ਮੈਂ ਆਹ ਇੱਕ ਕੱਪ ਬੂਮ ਪਾਣੀ ਦਾ ਲੈ ਲਿਆ ਆ। ਜੇ ਆਪਾਂ ਠੰਡੇ ਨਾਲ ਵੀ ਭੇਜ ਸਕਦੇ ਹਾਂ, ਕਈ ਵਾਰੀ ਆਪਾਂ 2-3 ਘੰਟਿਆਂ ਲਈ ਜੇ ਭੇਜਦੇ ਆਇਆ ਹੋਵੇ ਗੁੜ ਨੂੰ, ਹੈ ਨਾ, ਮੈਂ ਭੇਜੂੰਗੀ 15 ਕੁ ਮਿੰਟ ਲਈ। ਇਸ ਕਰਕੇ ਮੈਂ ਇਹ ਵਿੱਚ ਪਾਣੀ ਇਹਦੇ ਪਾ ਦਊਂਗੀ, ਬੂਮ ਪਾਣੀ ਮੈਂ ਲਿਆ। ਆਪਾਂ ਇਹਨੂੰ 15 ਕੁ ਮਿੰਟ ਭੇ ਕੇ ਰੱਖਾਂਗੇ। ਆਪਾਂ ਹੁਣ ਇਹਨੂੰ ਢੱਕ ਕੇ ਇੱਕ ਪਾਸੇ 15 ਕੁ ਮਿੰਟ ਲਈ ਰੱਖ ਦੇਵਾਂਗੇ। ਇਸੇ ਕੱਪ ਨਾਲ ਜਿਹਨਾਂ ਆਪਾਂ ਗੁੜ ਮਿਣਿਆ ਸੀ, ਆਪਾਂ ਕਣਕ ਦਾ ਆਟਾ ਲੈ ਲੈਣਾ ਆ, 2 ਕੱਪ ਲਵਾਂਗੇ। 1 ਕੱਪ, 2 ਕੱਪ। ਜੇ ਆਪਾਂ 2 ਕੱਪ ਲਏ ਆਟੇ ਦੇ, 1 ਕੱਪ ਗੁੜ ਦਾ ਲੈਣਾ, ਜਾਣੀ ਅੱਧ ਉਹਦਾ ਪੈਣਾ ਆ। ਤੁਸੀਂ ਕਿਸੇ ਕੌਲੀ ਨਾਲ ਨਾਪ ਲਓ, ਕਿਸੇ ਵੀ ਚੀਜ਼ ਦੇ ਨਾਲ। ਅਤੇ ਆਹ ਮੈਂ ਲਈ ਆ ਸੌਂਫ, ਇਹਦੇ ਵਿੱਚ ਸੌਂਫ ਬਹੁਤ ਜ਼ਰੂਰੀ ਪਾਈ ਦੀ ਆ ਗੁਲਗੁਲਿਆਂ ਦੇ ਵਿੱਚ। ਮੈਂ 1 ਚਮਚਾ ਲਿਆ, ਇਹਨੂੰ ਦਰਦਰਾ ਕਰ ਲਿਆ, ਇਹ ਪਾ ਲਵਾਂਗੇ। ਜੇ ਤੁਸੀਂ ਇਲਾਇਚੀ ਦਾ ਪਾਊਡਰ ਪਾਉਣਾ ਚਾਹੁੰਦੇ ਪਾ ਸਕਦੇ ਆ, ਪਰ ਸੌਂਫ ਜ਼ਰੂਰੀ ਪਾਈ ਦੀ, ਮੈਂ ਇਲਾਇਚੀ ਨਹੀਂ ਪਾਊਂਗੀ। ਜੇ ਤੁਸੀਂ ਲਾਈਕ ਕਰਦੇ ਹੋ ਤਾਂ ਟੇਸਟ ਪਾ ਸਕਦੇ ਆ। ਆਹ ਮੈਂ ਲਿਆ ਬੇਕਿੰਗ ਪਾਊਡਰ, ਮੈਂ ਇਹ ਇੰਨਾ ਕੁ ਪਾਊਂਗੀ, ਆ ਛੋਟਾ ਚਮਚਾ ਜਿਹੜਾ ਆ ਇੰਨਾ ਕੁ ਪਾਊਂਗੀ ਵਿੱਚ। ਅਤੇ ਆਪਾਂ ਸਾਰੇ ਕੁਛ ਨੂੰ 1 ਚਮਚੇ ਦੇ ਨਾਲ ਮਿਕਸ ਕਰ ਲਵਾਂਗੇ। ਹੁਣ ਆਪਾਂ ਜਿਹੜਾ ਗੁੜ ਹੈ ਨਾ ਭਿੰਨਤਾ ਆਇਆ ਸੀ ਪਾਣੀ 'ਚ, 20 ਕੁ ਮਿੰਟ ਹੋ ਗਿਆ ਇਹਨੂੰ ਭਿੰਨਤੇ ਨੂੰ, ਹੁਣ ਆਪਾਂ ਆਟੇ ਦੇ ਵਿੱਚ ਪਾ ਦੇਵਾਂਗੇ। ਆਪਾਂ ਇਹਨੂੰ ਭੁਣ ਕੇ ਪਾਵਾਂਗੇ, ਕਈ ਵਾਰੀ ਵਿੱਚ ਡੱਖਾ ਡੁੱਖਾ ਵੀ ਹੁੰਦਾ ਆ। ਜੇ ਆਪਾਂ ਨੂੰ ਹੈ ਨਾ ਪਾਣੀ ਹੋਰ ਦੀ ਲੋੜ ਪਊਗੀ, ਆਪਾਂ ਹੋਰ ਵੀ ਪਾ ਸਕਦੇ ਹਾਂ, 1.5 ਕੱਪ ਪੈ ਜਾਂਦਾ ਪਾਣੀ ਦਾ। ਪਰ ਮੈਂ ਪਹਿਲਾਂ ਗੁੜ 1 ਕੱਪ 'ਚ ਭਿੰਨਤਾ ਸੀ, 1 ਪਾਣੀ ਦਾ ਕੱਪ ਪਾਇਆ ਸੀ, ਆਪਾਂ ਹੋਰ ਦੇਖ ਕੇ ਪਾ ਸਕਦੇ ਹਾਂ। ਮੈਂ 1.5 ਕੱਪ ਪਾਣੀ ਦਾ ਹੋਰ ਲਿਆ, ਆਪਾਂ ਦੇਖਾਂਗੇ ਕਿੰਨਾ ਪੈਂਦਾ ਵਿੱਚ। ਐਨ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲੈਣਾ ਆ, ਵਿੱਚ ਕੋਈ ਵੀ ਲੰਪ ਨਾ ਰਹੇ। ਥੋੜ੍ਹਾ ਜਿਹਾ ਹੋਰ ਪਾਣੀ ਪਾ ਲਿਆ ਆ ਮੈਂ ਵਿੱਚ। ਆਪਾਂ ਇੱਦਾਂ ਦਾ ਰੱਖਣਾ, ਦੇਖੋ, ਨਾ ਬਹੁਤਾ ਪਤਲਾ ਹੋਵੇ, ਨਾ ਬਹੁਤਾ ਥਿੱਕ ਹੋਵੇ, ਨਾ ਗਾੜਾ ਹੋਵੇ। ਮੈਂ 1.5 ਕੱਪ ਹੋਰ ਪਾਣੀ ਦਾ ਲਿਆ ਸੀ, ਉਹਦੇ ਵਿੱਚੋਂ 2 ਚਮਚੇ ਲੱਗੇ ਆ। 1 ਕੱਪ ਮੈਂ ਪਹਿਲਾਂ ਗੁੜ ਭੇਲ ਲਈ ਲਾਇਆ ਸੀ, ਸੋ 1.25 ਕੱਪ ਮੇਰਾ ਪਾਣੀ ਦਾ ਲੱਗਾ ਆ ਵਿੱਚ, ਕਿਉਂਕਿ ਆਟੇ 'ਤੇ ਵੀ ਡਿਪੈਂਡ ਕਰਦਾ ਹੁੰਦਾ, ਕਈ ਵਾਰੀ ਥੋੜ੍ਹਾ ਜ਼ਿਆਦਾ ਵੀ ਲੱਗ ਸਕਦਾ, ਤੁਸੀਂ ਦੇਖ ਲਿਓ। ਆਪਾਂ ਇੱਦਾਂ ਦਾ ਘੋਲ ਰੱਖਣਾ ਆ। ਹੁਣ ਘੋਲ ਰੈਡੀ ਹੋ ਗਿਆ, ਹੁਣ ਆਪਾਂ ਇਹਨੂੰ ਤਲਣਾ ਸ਼ੁਰੂ ਕਰਾਂਗੇ। ਤੇਲ ਉੱਧਰ ਮੈਂ ਰੱਖਿਆ ਆ। ਆਟੇ ਦੇ ਗੁਲਗੁਲੇ ਤਲਣ ਲਈ ਮੈਂ ਪਹਿਲਾਂ ਤੇਲ ਗਰਮ ਰੱਖ ਲਿਆ ਸੀ ਇੱਧਰ ਚੁੱਲ੍ਹੇ ਉੱਤੇ, ਸੋ ਜਿੱਦਾਂ ਆਪਾਂ ਪਕੌੜਿਆਂ ਲਈ ਨਾ ਤੇਲ ਗਰਮ ਰੱਖੀਦਾ, ਉਨਾ ਕੁ ਗਰਮ ਰੱਖਣਾ ਆ। ਮੈਂ ਠੰਡਾ ਪਾਣੀ ਲੈ ਲਿਆ ਆ। ਆਪਾਂ ਹੁਣ ਜਦੋਂ ਗੁਲਗੁਲੇ ਵਿੱਚ ਪਾਵਾਂਗੇ, ਆਪਾਂ ਪਹਿਲਾਂ ਪਾਣੀ ਨੂੰ ਹੱਥ ਲਾ ਲਿਆ ਕਰਾਂਗੇ, ਤਾਂ ਕਿ ਸਾਡੇ ਹੱਥ ਨਾ ਜਲਣ, ਨਾ ਛੇਤੀ ਵਿੱਚ ਡਿੱਗੀ ਜਾਣ।
ਕਿਉਂਕਿ ਜਿਹੜੇ ਦੂਜੇ ਪਕੌੜੇ ਹੁੰਦੇ ਲੂਣ ਵਾਲੇ ਉਹ ਉੱਦਾਂ ਡਿੱਗੀ ਜਾਂਦੇ, ਇਹ 'ਚ ਮਿੱਠਾ ਹੁੰਦਾ, ਹੱਥ ਨਾਲ ਜੁੜ ਜਾਂਦੇ ਆ। ਹੁਣ ਆਪਾਂ ਤੇਲ ਨੂੰ ਚੈੱਕ ਕਰ ਲਵਾਂਗੇ, ਅਜੇ ਥੋੜ੍ਹਾ ਜਿਹਾ ਹੋਰ ਟਾਈਮ ਦੇਵਾਂਗੇ, ਇੱਕਦਮ ਨਹੀਂ ਉੱਤੇ ਆਇਆ, ਜੇ ਠੰਡਾ ਹੋਵੇ ਤਾਂ ਥੱਲੇ ਲੱਗ ਜਾਂਦੇ ਆ। ਆਹ ਦੇਖੋ ਘੋਲ ਇੱਦਾਂ ਦਾ ਆ ਹੁਣ ਮੇਰੇ ਕੋਲ, ਆਪਾਂ ਇੱਦਾਂ ਪਾਈ ਜਾਣੇ ਆ। ਮਿੱਠੇ ਗੁਲਗੁਲੇ ਸਾਡੇ ਬਣਾਉਂਦੇ ਹੁੰਦੇ ਸੀ ਸਾਉਣ ਦੇ ਮਹੀਨੇ, ਅਤੇ ਨਾਲੇ ਜਦੋਂ ਮੀਂਹ ਪੈਂਦਾ ਹੁੰਦਾ ਨਾ ਬਹੁਤ ਸਵਾਦ ਲੱਗਦੇ ਆ, ਅਤੇ ਵਿਆਹਾਂ ਨੂੰ ਵੀ ਬਣਾਉਂਦੇ ਆ ਜਦੋਂ, ਹੈ ਨਾ, ਹਲਦੀ ਜਾਂ ਮਾਈਆਂ ਤੁਸੀਂ ਜੋ ਵੀ ਕਹਿੰਦੇ ਉਦੋਂ ਲਾਉਂਦੇ ਹੈ ਨਾ, ਸਾਡੇ ਇਹ ਬਣਾਉਂਦੇ ਸੀ। ਆਹ ਦੇਖੋ ਕਿੱਦਾਂ ਉੱਪਰ ਨੂੰ ਆ ਗਏ ਆ, ਇਹਨੂੰ ਇੱਦਾਂ ਬਹੁਤ ਤੇਜ਼ ਤਾਂ ਨਹੀਂ ਕਰਨਾ, ਇੱਦਾਂ ਹੌਲੀ ਹੌਲੀ ਅੱਗ 'ਤੇ, ਜਿਹੜੇ ਅੰਦਰ ਕੱਚੇ ਨਾ ਰਹਿਣ। ਆ ਦੇਖੋ ਕਿੰਨੇ ਸੋਹਣੇ ਬਣੇ ਆ, ਇਹ ਆਪੇ ਦੂਜੇ ਪਾਸੇ ਨੂੰ ਘੁੰਮ ਜਾਂਦੇ ਆ। ਮੈਂ ਇਹਨਾਂ ਨੂੰ ਪੋਲੇ ਪੋਲੇ ਤਾਂ ਇੱਦਾਂ ਕਰਦੀ ਕਿ ਦੋਨੋਂ ਪਾਸੇ ਇਹਨਾਂ ਦੇ ਰੜ ਜਾਣ, ਚੰਗੀ ਤਰ੍ਹਾਂ ਹੁੱਕ ਹੋ ਜਾਣ। ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਵਾਂਗੇ, ਦੇਖੋ ਬਹੁਤ ਸੋਹਣੇ ਆ, ਗੁਲਾਬ ਜਾਮਣਾਂ ਵਰਗੇ ਬਣੇ ਆ। ਆਪਾਂ ਇੱਕ ਪਲੇਟ ਦੇ ਵਿੱਚ ਪੇਪਰ ਰੱਖ ਲਿਆ, ਇਹ 'ਚ ਪਾ ਲਉਂਗੇ। ਇੱਦਾਂ ਹੀ ਜਿਹੜੇ ਰਹਿੰਦੇ ਆ ਉਹ ਵੀ ਆਪਾਂ ਪਾ ਲਵਾਂਗੇ। ਜਿੱਦਾਂ ਮੈਂ ਪਾਣੀ ਦਾ ਇੱਦਾਂ ਹੱਥ ਲਾ ਦਿੰਦੀ ਹਾਂ ਪਾਣੀ ਨੂੰ, ਫਿਰ ਇੱਦਾਂ ਗੁਲਗੁਲਾ ਪਾ ਦਿੰਦੀ ਹਾਂ ਵਿੱਚ। ਆਪਾਂ ਇਹਨਾਂ ਦੇ ਪਾਸੇ ਥੱਲ ਦੇਣੇ ਆ, ਇੱਦਾਂ ਦੂਜਾ ਪਾਸਾ ਕਰ ਦੇਣਾ ਆ। ਇਹ ਆਪੇ ਉੱਦਾਂ ਘੁੰਮ ਜਾਂਦੇ ਆ, ਦੂਜਾ ਪਾਸਾ ਕਰ ਲੈਂਦੇ ਆ। ਇਹ ਚਾਹ ਦੇ ਨਾਲ ਮੀਂਹ ਪੈਂਦੇ 'ਚ ਬਹੁਤ ਸਵਾਦ ਲੱਗਦੇ ਆ, ਅਤੇ ਬਹੁਤ ਪੁੱਲੇ ਹੁੰਦੇ ਆ। ਇੱਦਾਂ ਇਹਨਾਂ ਨੂੰ ਝਾਨੀ ਦੇ ਨਾਲ ਹੌਲੀ ਹੌਲੀ ਘੁਮਾਈ ਜਾਓ, ਇਹ ਆਪੇ ਆਪਣੀ ਸਾਈਡ ਹੀ ਚੇਂਜ ਕਰ ਲੈਂਦੇ ਆ, ਪਾਸਾ ਬਦਲ ਲੈਂਦੇ ਆ, ਤਾਂ ਕਿ ਦੋਨੋਂ ਪਾਸੇ ਚੰਗੀ ਤਰ੍ਹਾਂ ਹੋ ਜਾਣ। ਲਓ ਜੀ ਇਹ ਵੀ ਬਣ ਕੇ ਤਿਆਰ ਹੋ ਗਏ, ਇਹ ਵੀ ਆਪਾਂ ਬਾਹਰ ਕੱਢ ਲਵਾਂਗੇ। ਗੈਸ ਮੈਂ ਔਫ ਕਰ ਦਿੱਤਾ, ਬਣ ਕੇ ਤਿਆਰ ਹੋ ਗਏ ਸਾਰੇ। ਆਟੇ ਦੇ ਗੁਲਗੁਲੇ ਬਣ ਕੇ ਤਿਆਰ ਹੋ ਗਏ ਆ, ਇਹ ਬਹੁਤ ਸਵਾਦ ਬਣੇ ਆ, ਵਿੱਚੋਂ ਵੀ ਬਹੁਤ ਸੌਫਟ ਆ। ਤੁਸੀਂ ਵੀ ਆਪਣੇ ਘਰਾਂ 'ਚ ਬਣਾ ਕੇ ਮੈਨੂੰ ਜ਼ਰੂਰ ਦੱਸਿਓ ਕਿੱਦਾਂ ਦੇ ਬਣੇ ਆ। ਜੇ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਜ਼ਰੂਰ ਕਰੋ। ਜੇ ਤੁਹਾਨੂੰ ਮੇਰੀਆਂ ਵੀਡੀਓ ਸੋਹਣੀਆਂ ਲੱਗਦੀਆਂ, ਲਾਈਕ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ। ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ, ਮੇਰੀਆਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।